ਡਾਕਟਰ ਰਾਜੀਵ ਕੁਮਾਰ ਭੰਡਾਰੀ, ਮੈਂ SMO APSC ਜੰਡ ਸਾਹਿਬ, ਹੈਲਥ ਮਹਿਕਮਾ ਜੀ, ਹੈਲਥ ਮਹਿਕਮਾ, ਸਿਹਤ ਮਹਿਕਮਾ। ਇੱਥੇ ਬੇਸਿਕਲੀ ਲੋਕ ਕੋਈ ਆਪਣੇ ਡੈਥ ਐਂਡ ਬਰਥ ਰਜਿਸਟ੍ਰੇਸ਼ਨ ਦਾ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਉਹਦੇ ਵਾਸਤੇ ਆਉਂਦੇ ਆ ਜੀ। ਬੇਸਿਕਲੀ ਤਾਂ ਇਸ ਤਰ੍ਹਾਂ ਦੇ ਮਰੀਜ਼ ਆ ਰਹੇ ਆ, ਕੋਈ ਉਹਨਾਂ ਦੀ ਨਾਮ ਦੀ ਕੋਈ ਕਰੈਕਸ਼ਨ ਹੋਣ ਵਾਲੀ ਹੈ ਜਾਂ ਕੋਈ ਉਹਨਾਂ ਦੇ ਡੈਥ ਐਂਡ ਬਰਥ ਦੀ ਕੋਈ ਮਿਤੀ ਦੀ ਕਰੈਕਸ਼ਨ ਹੋਣ ਵਾਲੀ, ਉਹਦੇ ਵਾਸਤੇ ਆ ਰਹੇ ਆ। ਫਿਲਹਾਲ ਤਾਂ 3 ਕੇਸ ਆਏ ਜੀ। ਜੋ ਇੱਥੇ ਹੋਣ ਵਾਲਾ ਹੁੰਦਾ ਜੀ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ, ਜਾਂ ਜੋ ਟਰੈਕ ਹੈ ਉਹ ਉਹਨਾਂ ਨੂੰ ਦੱਸ ਦਿੰਦੇ ਵੀ ਕਿਵੇਂ ਔਨਲਾਈਨ ਪੋਰਟਲ ਤੱਕ ਪਹੁੰਚਿਆ ਜਾਊਗਾ, ਕੀ ਦਸਤਾਵੇਜ਼ ਨਾਲ ਲੱਗਣਗੇ, ਉਹਨਾਂ ਦੀ ਸੁਵਿਧਾ ਹੋ ਜਾਂਦੀ ਹੈ ਇਸ ਚੀਜ਼ ਦੀ, ਗਾਈਡ ਕਰ ਦੇਈਦਾ ਉਹਨਾਂ ਨੂੰ। ਮੇਰਾ ਨਾਮ ਹਰਿੰਦਰ ਸਿੰਘ ਚਹਿਲ, ਮੈਂ ਐਡੀਸ਼ਨਲ SC PSPCL ਫਰੀਦਕੋਟ। ਇਹ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ
ਵੀ ਅਧਿਕਾਰੀ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ। ਉਸੇ ਕੜੀ ਦੇ ਅਧੀਨ ਡੀ ਸੀ ਸਾਹਿਬ ਨੇ ਜੋ ਔਰਗਨਾਈਜ਼ ਕੀਤਾ ਹੈ ਉਹਦੇ ਤਹਿਤ ਅਸੀਂ ਵੀ ਆਪਣੀ ਟੀਮ ਲੈ ਕੇ ਆਏ ਹਾਂ। ਬਿਜਲੀ ਮਹਿਕਮੇ ਦੇ ਜਿਹੜੇ ਮੇਨ ਕੰਮ ਹੈ ਲਾਈਨਾਂ ਨਾਲ ਸੰਬੰਧਿਤ ਹੁੰਦੇ ਆ ਜੀ, ਅਤੇ ਲਾਈਨਾਂ ਨਾਲ ਕੰਮ ਜਿਹੜਾ ਇੱਥੇ ਤੁਰੰਤ ਕੰਮ ਹੁੰਦਾ ਨਹੀਂ ਗਾ, ਠੀਕ ਹੈ, ਤੁਰੰਤ ਲਾਈਨਾਂ ਦੇ ਕੋਈ ਐਸਟੀਮੇਟ ਬਣਾਉਣਾ ਜੋ ਵੀ, ਬਟ ਅਸੀਂ ਅਰਜ਼ੀਆਂ ਪ੍ਰਾਪਤ ਕਰ ਰਹੇ ਹਾਂ ਅਤੇ ਉਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਕਰਾਂਗੇ। ਇਹ ਮੈਨੂੰ ਪਤਾ ਨਹੀਂ, ਇਹਨਾਂ ਨੂੰ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਤਾ ਜੀ ਕਿੰਨੇ ਵਜੇ ਤਾਈਂ, ਸਿਰਫ ਇਹਨਾਂ ਨੇ ਇਨੀਸ਼ੀਅਲ ਟਾਈਮ ਹੀ ਦਿੱਤਾ ਸਾਨੂੰ ਵੀ ਇੰਨੇ ਵਜੇ ਪਹੁੰਚ ਜਾਓ, ਉੱਨੇ ਵਜੇ ਆ ਗਏ। ਅੱਜ ਆਮ ਪਬਲਿਕ ਦੇ ਕੋਲ ਖੜ੍ਹੇ ਹਾਂ ਜਿਹਦੇ ਕਹਿਣ ਦਾ ਮਤਲਬ ਇੱਥੇ ਡੀ ਸੀ ਆਫਿਸ ਦੇ ਵਿੱਚ ਡੀ ਸੀ ਸਾਹਿਬ ਦੇ ਕੋਲ ਪਿੰਡ ਘੁਗਿਆਣੇ ਆਏ ਆ, ਜਿਨ੍ਹਾਂ ਨੇ ਆਪਣੀ ਆਪਣੀ ਸਮੱਸਿਆਵਾਂ ਦੱਸੀਆਂ ਪਿੰਡਾਂ ਬਾਰੇ ਗੱਲ ਕਰਦੇ ਆਮ ਪਬਲਿਕ ਨਾਲ। ਹਾਂਜੀ, ਕੀ ਨਾਮ ਬਾਈ ਤੁਹਾਡਾ ਜੀ? ਸਰ ਮੰਗਾ ਸਿੰਘ ਜੀ। ਤੁਸੀਂ ਕੀ ਕਰਨਾ ਆਏ ਹੋ ਜੀ? ਅਸੀਂ ਛੱਪੜ ਬਾਰੇ ਆਏ ਜੀ, ਸਾਡਾ ਪਾਣੀ ਦਾ ਨਿਕਾਸ ਜ਼ਰੂਰੀ ਹੋਣਾ ਚਾਹੀਦਾ, ਛੱਪੜ ਭਰਿਆ ਰਹਿੰਦਾ ਅਤੇ ਨਾਲਾ ਬਹੁਤ ਖਰਾਬ ਹੈ, ਪਾਣੀ ਦਾ ਨਿਕਾਸ ਨਹੀਂ ਬਣਦਾ, ਕਿਸੇ ਪਾਸੇ ਪਾਣੀ ਬਹੁਤ ਦੂਰੋਂ ਦੂਰੋਂ ਆ ਰਿਹਾ ਅਤੇ ਪਾਣੀ ਦਾ ਛੱਪੜ ਭਰਿਆ ਰਹਿੰਦਾ। ਕਿੰਨਾ ਚਿਰ ਹੋ ਗਿਆ ਤੁਹਾਡਾ ਨਿਕਾਸ ਜਿਹੜਾ ਨਹੀਂ ਹੁੰਦਾ ਪਿਆ? ਸਾਡੇ ਜਦੋਂ ਦਾ ਛੱਪੜ ਬਣਿਆ ਕਿਸੇ ਪਾਸੇ ਜੀ ਅੱਗੇ ਪੈਪਾਂ ਪੁਪਾਂ ਪਾਈਆਂ ਸੀਗੀਆਂ, ਉਹ ਚਾਲੂ ਨਹੀਂ ਕਰੀਆਂ। ਡੂੰਘਾ ਹੋਣਾ ਚਾਹੀਦਾ ਜੀ, ਇਹੋ ਹੀ ਆ ਮੇਨ, ਵੀ ਡੂੰਘਾ ਹੋ ਜੇ, ਚਾਰ ਦੀਵਾਰੀ ਪੱਕੀ ਹੋ ਜੇ, ਆਹੀ ਆ ਜੀ ਸਾਡੀ ਮੇਨ, ਵੀ ਨਾਲਾ ਬਣ ਜੇ ਇੱਕ ਤਾਂ ਇੱਕ ਡੂੰਘਾ ਹੋ ਜੇ, ਇਹ ਆ ਜੀ ਸਾਡੀ। ਜਾਂ ਉਸ ਪਾਸੇ ਮਤਲਬ ਕਿ ਬਣਿਆ ਪੈਪਾਂ ਚਾਲੂ ਕਰ ਦੇ, ਹਾਂ ਜਾਂ ਪੈਪਾਂ ਰਾਹੀਂ ਜਾਵੜੇ, ਕਿਸੇ ਰਾਹੀਂ ਜਾਵੜੇ, ਕਿਸੇ ਰਾਹੀਂ ਜਾਵੜੇ, ਇਹ ਨਾਲਾ ਤਾਂ ਭਰਿਆ ਰਹਿੰਦਾ ਜੀ, ਮਿੱਟੀ ਪੈਂਦੀ ਰਹਿੰਦੀ ਵਿੱਚ ਜੀ, ਇਸ ਕਹਾਣੀ ਦਾ ਤਾਂ ਪਤਾ ਹੀ ਆ, ਪਰੇਸ਼ਾਨੀ ਵਾਲੀ ਆ ਜਾ ਕੇ ਦੇਖੇ, ਇਹ ਸਾਡਾ ਗਰੀਬ ਜਨਤਾ ਦਾ ਜੀ, ਦੂਜੇ ਚੱਲੀ ਜਾਂਦੀਆਂ ਸਾਰੇ ਪੈਪਾਂ ਲਪਾਈਆਂ ਵੀ ਹੈਗੀਆਂ, ਉਹ ਦੋਨੇ ਛੱਪੜ ਖਾਲੀ ਰਹਿੰਦੇ ਆ, ਇਹ ਛੱਪੜ ਭਰਿਆ ਰਹਿੰਦਾ ਬਸ। ਆਪਣੇ ਤਿੰਨ ਛੱਪੜ ਆਈ, ਤਿੰਨਾਂ ਦੀ ਮਿਹਨਤ ਨੀ ਚਾਹੀਦੀ, ਬਹੁਤ ਨੱਪੇ ਪਏ ਜ਼ਿਆਦਾ ਜੀ, ਘਰ ਵਿੱਚ ਪਾਏ ਪਏ ਤਿੰਨਾਂ ਛੱਪੜਾਂ ਦੇ ਵਿੱਚ। ਹਾਂਜੀ, ਹਾਂ ਨਿਕਾਸ ਹੈ ਨੀ ਕੋਈ, ਸਾਰਾ ਵਾ ਉਸ ਵਿੱਚ ਘਰ ਪਾਈ ਬੈਠੇ ਆ ਜੀ, ਚਾਰ ਸਪੇਅਰ ਨੱਪੀ ਤੁਰੇ ਆਉਂਦੇ ਜਾਂਦੇ ਆ ਜੀ, ਇੱਕ ਪਾਈਪਾਂ ਪੁੱਪਾਂ ਦਾ ਕੁਛ ਤਾਂ ਪਾਈਆਂ ਪਈਆਂ, ਦੋ ਛੱਪੜਾਂ ਜੀ, ਉਸ ਇੱਕ ਦੀ ਰਹਿੰਦੀ ਹੈ ਜੀ, ਇੱਕ ਛੱਪੜ ਨਿਕਾਸ ਜੀ। ਐਸਾ ਜੇਈ ਕੰਮ ਕਰ ਰਹੇ ਜੀ, ਜੋ ਵੀ ਸੜਕਾਂ ਦੇ ਕੰਮ ਹੁੰਦੇ ਆ ਜਾਂ ਪੁਲਾਂ ਦੇ ਕੰਮ ਹੁੰਦੇ ਆ ਪਿੰਡਾਂ ਦੇ, ਉਹ ਸਾਡੇ ਡਿਪਾਰਟਮੈਂਟ ਥਰੂ ਕੀਤੇ ਜਾਂਦੇ ਆ, ਅਤੇ ਅੱਜ ਮੀਟਿੰਗ ਰੱਖੀ ਗਈ ਸੀ ਡੀ ਸੀ ਸਾਹਿਬ ਵੱਲੋਂ, ਕੋਈ ਲੋਕਾਂ ਦੀਆਂ ਸਮੱਸਿਆ ਹੋਣ ਇਸ ਸੰਬੰਧੀ ਤਾਂ ਅਸੀਂ ਉਹਨਾਂ ਲਈ ਉਹਨਾਂ ਦੇ ਮਸਲੇ ਹੱਲ ਕਰਨਾ ਹੈ। ਸਾਡੇ ਕੋਲ ਜਿਵੇਂ ਹੈਂਡੀਕੈਪ ਟ੍ਰਾਈਸਾਈਕਲ ਵੀਲਚੇਅਰ ਬੋੜੀਆਂ ਬਣਾਉਟੀਆਂ ਇਹ ਫ੍ਰੀ ਕੋਸਟ ਦਿੰਦੇ ਆ ਲੋਕਾਂ ਨੂੰ,
ਜਿਨ੍ਹਾਂ ਨੂੰ ਲੋੜ ਹੈ। ਸੁਖਵਿੰਦਰ ਸਿੰਘ ਜੀ, ਸਾਡਾ ਜੀ ਜਲ ਸਪਲਾਈ ਸੈਨੀਟੇਸ਼ਨ ਭਾਗ ਦੇ ਅਸੀਂ ਸਵੱਛ ਭਾਰਤ ਮਿਸ਼ਨ ਗ੍ਰਾਮ ਟੂ ਮਹਾਤਮਾ ਗਾਂਧੀ ਵਿਕਾਸ ਯੋਜਨਾ ਅਧਿਕ ਬੈਨੀਫਿਸਰੀ ਦੇ ਫਾਰਮ ਭਰਦੇ ਹਾਂ ਜੀ ਸਵੱਛ ਭਾਰਤ ਮਿਸ਼ਨ। ਸਾਡੇ ਕੋਲ ਜੀ ਜਿਹੜਾ ਕਿ ਘਗਿਆਣਾ ਪਿੰਡ ਤੋਂ ਇੱਕ ਆ ਜੀ ਇਸ ਟਾਈਮ, ਅਤੇ ਚੱਕ ਸਾਹੂ ਦੇ ਸਾਡੇ ਕੋਲ ਜੀ ਚਾਰ ਨਾਮ ਆ ਜੀ। ਸਰ ਸੁਬਹਾ ਦਾ ਟਾਈਮ ਤਾਂ ਦਿੱਤਾ ਗਿਆ, ਸ਼ਾਮ ਦੇ ਟਾਈਮ ਦਾ ਹੀ ਕੋਈ ਫਾਈਨਲ ਨਹੀਂ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ ਜੀ? ਰਵਿੰਦਰ ਕੁਮਾਰ ਜੀ। ਕਿਹੜਾ ਮਹਿਕਮਾ ਸਰ? ਜ਼ਿਲ੍ਹਾ ਭਲਾਈ ਅਫਸਰ। ਇੱਥੇ ਸ਼ਗਨ ਸਕੀਮ ਤਹਿਤ ਨਾ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ 'ਤੇ 50,000 ਦੀ ਰਾਸ਼ੀ ਦਿੱਤੀ ਜਾਂਦੀ, ਉਹਦੇ ਲਈ ਫਾਰਮ ਭਰਿਆ ਜਾਂਦਾ ਜੀ। ਫਿਲਹਾਲ ਤਾਂ ਅੱਜ ਕੋਈ ਨਹੀਂ ਹਜੇ ਤੱਕ ਆਇਆ। 51,000 ਰੁਪਏ। ਹਾਂਜੀ ਸਰ, ਪੈਂਡਿੰਗ ਚੱਲ ਰਹੇ ਆ ਹਜੇ ਨਵੇਂ ਨਹੀਂ। ਰਵਿੰਦਰ ਸ਼ਰਮਾ। ਪੰਕਜ ਬਟੇਜਾ ਜੀ। ਫੂਡ ਐਂਡ ਸਿਵਲ ਸਪਲਾਈਜ਼। ਰਾਸ਼ਨ ਕਾਰਡ ਦੇ ਰਿਲੇਟਡ, ਜਿਨ੍ਹਾਂ ਦੇ ਕਾਰਡ ਕੱਟੇ ਗਏ ਹੈ, ਮੈਂਬਰ ਐਡ ਕਰਨੇ ਹੈ, ਨਿਊ ਕਾਰਡ ਅਪਲਾਈ ਕਰਨਾ ਹੈ, ਜਿੰਨੇ ਵੀ ਇਸ਼ੂਜ਼ ਹੈ ਸਾਰੇ ਰਿਜ਼ੋਲਵ ਕਰਨੇ ਜੀ। ਅਪਰੋਕਸੀਮੇਟਲੀ 20 ਕੇਸਿਸ ਆ ਗਏ। ਕਿਸ ਚੀਜ਼ ਦਾ ਜੀ? ਕੈਂਪ ਦਾ ਸਮਾਂ 5 ਵਜੇ ਤੱਕ ਹੋਏਗਾ ਜੀ। ਬਾਕੀ ਜਾਣਕਾਰੀ ਮਿਲ ਜਾਏਗੀ ਤੁਹਾਨੂੰ, ਕਨਫਰਮ ਕਰ ਲਈਏ। ਕੋਈ ਨਹੀਂ, ਇਕੱਠੇ ਕਰ ਲਾਂਗੇ, 5-4 ਮਿੰਟ 'ਚ ਆਉਂਦੇ ਆ। ਡਾਕਟਰ ਰਾਜੀਵ ਕੁਮਾਰ ਭੰਡਾਰੀ, ਮੈਂ SMO PSC ਜੰਡ ਸਾਹਿਬ, ਹੈਲਥ ਮਹਿਕਮਾ ਜੀ, ਹੈਲਥ ਮਹਿਕਮਾ, ਸਿਹਤ ਮਹਿਕਮਾ। ਇੱਥੇ ਬੇਸਿਕਲੀ ਲੋਕ ਕੋਈ ਆਪਣੇ ਡੈਥ ਐਂਡ ਬਰਥ ਰਜਿਸਟ੍ਰੇਸ਼ਨ ਦਾ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਉਹਦੇ ਵਾਸਤੇ ਆਉਂਦੇ ਆ ਜੀ। ਬੇਸਿਕਲੀ ਤਾਂ ਇਸ ਤਰ੍ਹਾਂ ਦੇ ਹੀ ਮਰੀਜ਼ ਆ ਰਹੇ ਆ, ਕੋਈ ਉਹਨਾਂ ਦੀ ਨਾਮ ਦੀ ਕੋਈ ਕੁਰੈਕਸ਼ਨ ਹੋਣ ਵਾਲੀ ਆ, ਜਾਂ ਕੋਈ ਉਹਨਾਂ ਦੇ ਡੈਥ ਐਂਡ ਬਰਥ ਦੀ ਕੋਈ ਮਿਤੀ ਦੀ ਕੁਰੈਕਸ਼ਨ ਹੋਣ ਵਾਲੀ, ਉਹਦੇ ਵਾਸਤੇ ਆ ਰਹੇ ਆ। ਫਿਲਹਾਲ ਤਾਂ 3 ਕੇਸ ਆਏ। ਜੋ ਇੱਥੇ ਹੋਣ ਵਾਲਾ ਹੁੰਦਾ ਜੀ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸ ਦਿੰਦੇ ਹਾਂ ਜੀ,
ਜਾਂ ਜੋ ਟਰੈਕ ਹੈ ਉਹਨਾਂ ਨੂੰ ਦੱਸ ਦਿੰਦਾ ਵੀ ਕਿਵੇਂ ਔਨਲਾਈਨ ਪੋਰਟਲ ਤੱਕ ਪਹੁੰਚਿਆ ਜਾਊਗਾ, ਕੀ ਦਸਤਾਵੇਜ਼ ਨਾਲ ਲੱਗਣੇ, ਉਹਨਾਂ ਦੀ ਸੁਵਿਧਾ ਹੋ ਜਾਂਦੀ ਹੈ ਇਸ ਚੀਜ਼ ਦੀ, ਗਾਈਡ ਕਰ ਦੇਈਦਾ ਉਹਨਾਂ ਨੂੰ। ਜੀ ਸੀ ਐਮ ਸਾਹਿਬ ਵੱਲੋਂ ਆਦੇਸ਼ ਦਿੱਤਾ ਹੈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿ ਸਪਤਾਹ ਮੇਂ ਘੱਟੋ ਘੱਟ ਦੋ ਦਿਨ ਉਹ ਪਿੰਡਾਂ ਵਿੱਚ ਜਾਣ, ਅਤੇ ਇੱਕ ਪਿੰਡ ਵਿੱਚ ਨਾਲ ਆਲੇ ਦੁਆਲੇ ਦੇ ਤਿੰਨ ਚਾਰ ਹੋਰ ਪਿੰਡਾਂ ਨੂੰ ਕਲਸਟਰ ਵਾਈਜ਼ ਕਰਕੇ, ਅਤੇ ਵਹਾਂ ਪੇ ਸਾਰੇ ਡਿਪਾਰਟਮੈਂਟਸ, ਜਿਸੇ ਕਿ ਤੁਸੀਂ ਦੇਖ ਰਹੇ ਹੋ, ਸਾਰੇ ਡਿਪਾਰਟਮੈਂਟਸ ਵਹਾਂ ਬੈਠਣ, ਅਤੇ ਲੋਕਾਂ ਨੂੰ ਜਿਹੜੇ ਵੀ ਸਹੂਲਤਾਂ ਦੇਣੀ ਹੈ ਉਹ ਆਫਿਸ ਨਾ ਆਉਣਾ ਪੜੇ, ਤੁਸੀਂ ਵਹਾਂ ਚਲੇ ਜਾਓ, ਤਾਂ ਕਿ ਉਹਨਾਂ ਦਾ ਤੁਸੀਂ ਸਰਕਾਰ ਤੁਹਾਡੇ ਦੁਆਰ ਜਿਹੜੀ ਜੋ ਸਰਕਾਰ ਦੀ ਮੁਹਿੰਮ ਹੈ ਉਸ ਦੇ ਅੰਦਰ ਤੁਸੀਂ ਲੋਕਾਂ ਤੱਕ ਜਾਓ, ਤਾਂ ਕਿ ਉਹਨਾਂ ਦੀ ਜਿਹੜੀ ਵੀ ਮੁਸ਼ਕਿਲਾਂ ਹੈ ਤੁਸੀਂ ਸੋਲਵ ਕਰ ਸਕੋ। ਅਤੇ ਅਸੀਂ ਅੱਜ ਗੁਗਿਆਨਾ ਪਿੰਡ ਵਿੱਚ ਆਏ ਹੈਗੇ, ਅਤੇ ਨਾਲ ਲੱਗਦੇ ਤਿੰਨ ਚਾਰ ਹੋਰ ਪਿੰਡ ਵੀ ਹੈਗੇ, ਨਾ ਕੇਵਲ ਉਹਨਾਂ ਦੀ ਇੰਡੀਵਿਜੁਅਲ ਜਿਹੜੀ ਸਕੀਮਸ ਦੇ ਅੰਦਰ ਮੈਂ ਉਹਨਾਂ ਦੀ ਜਿਹੜੀ ਕਮੀਆਂ ਹੈਗੀ ਉਹ ਅੱਜ ਪੂਰੀ ਕਰਾਂਗੇ ਅਸੀਂ, ਬਟ ਜਿਹੜੇ ਪਿੰਡ ਪੱਧਰ 'ਤੇ ਜਿਹੜੀ ਸਮੱਸਿਆਵਾਂ ਹੈ, ਜੈਸੇ ਕਈ ਸਮੱਸਿਆਵਾਂ ਅਸੀਂ ਕਹਿ ਰਹੇ ਕਿ ਜਿਹੜੀ ਪਾਣੀ ਘੱਟ ਆ ਰਹੀ ਹੈ, ਜਾਂ ਛੱਪੜ ਮੇਂ ਛੱਪੜ ਦੀ ਸਫਾਈ ਹੋਣ ਵਾਲੀ ਹੈ, ਕੁਛ ਗਲੀਆਂ ਮੇਂ ਪਾਣੀ ਦਾ ਬਹਾਵ ਹੈਗਾ ਉਸਦਾ ਹੱਲ ਹੈਗਾ, ਅਤੇ ਆਂਗਨਵਾੜੀ ਬੰਨੀ ਹੈਗੀ, ਐਸੇ ਕਈ ਸਾਰੇ ਮੁੱਦੇ ਅੱਜ ਸਾਹਮਣੇ ਆ ਰਹੇ ਹੈਗੇ ਪਿੰਡਾਂ ਤੋਂ, ਅਤੇ ਇਸ ਤੋਂ ਬਾਅਦ ਜਾ ਕੇ ਅਸੀਂ ਇਸ 'ਤੇ ਕਾਰਵਾਈ ਕਰਾਂਗੇ ਸਾਰੇ ਡਿਪਾਰਟਮੈਂਟਸ ਰਲ ਮਿਲ ਕੇ। ਅਤੇ ਇਹ ਅੱਜ ਪਹਿਲਾ ਅਸੀਂ ਕਰ ਰਹੇ ਹੈਗੇ, ਬਟ ਅਸੀਂ ਹਰ ਮਹੀਨੇ ਹਰ ਸਪਤਾਹ ਦੋ ਦੋ ਐਸੇ ਕੈਂਪ ਲਗਾਵਾਂਗੇ ਪੂਰੇ ਜ਼ਿਲ੍ਹੇ ਵਿੱਚ। ਸਰ ਪੰਜਾਬ ਸਰਕਾਰ ਆਪਣੇ ਦੁਆਰਾ ਤਹਿਤ ਤੁਸੀਂ ਜਿਹੜੀਆਂ ਆਮ ਛੋਟੀਆਂ ਮੋਟੀਆਂ ਮੁਸ਼ਕਲਾਂ ਦੇ ਹੱਲ ਲੋਕਾਂ ਨੇ ਤੁਰੰਤ ਨਾਲ ਦੇ ਨਾਲ ਹੀ ਕਰ ਦਿੰਦੇ ਜੀ? ਇਸ ਪੇ ਦੋ ਤਰੀਕੇ ਸੇ ਅਸੀਂ ਕੰਮ ਕਰਦੇ ਹੈਗੇ ਕਿ ਜਿਹਨਾਂ ਵੀ ਸਕੀਮਾਂ ਦਾ ਲਾਭ ਲੈਣ ਤੋਂ ਵੰਚਿਤ ਹੈਗੇ ਆ, ਵੀ ਬੰਦੇ ਕੋਈ ਆਟਾ ਦਾਲ ਹੋ ਗਈ, ਪੈਨਸ਼ਨ ਹੋ ਗਈ, ਕਿਸੇ ਦਾ ਕੋਈ ਕਾਰਡ ਬਣਨਾ ਹੈਗਾ, ਆਯੁਸ਼ਮਾਨ ਕਾਰਡ ਲਈ ਵੀ ਬੈਠੇ ਹੋਏ ਹੈਗੇ ਡਾਕਟਰ ਸਾਹਿਬ, ਅਤੇ ਇੱਕ ਤਾਂ ਉਹ ਹੋ ਗਿਆ। ਦੂਸਰਾ ਇੱਕ ਹੈ ਕਿ ਪੂਰੇ ਕਮਿਊਨਿਟੀ ਦੀ ਕੀ ਪ੍ਰੋਬਲਮ ਹੈਗੀ, ਪੂਰੇ ਪਿੰਡ ਦੇ ਪੱਧਰ 'ਤੇ ਕਿਹੜੀ ਸਮੱਸਿਆ ਆਏਗੀ, ਛੱਪੜ ਦੀ ਨਿਕਾਸੀ ਹੋਣੀ ਹੈ ਜਾਂ ਛੱਪੜ ਦੀ ਚਾਰ ਦੀਵਾਰੀ ਹੋਣੀ ਹੈ, ਕੋਈ ਆਂਗਨਵਾੜੀ ਬਣਨੀ ਹੈ, ਕੋਈ ਗਲੀ ਪੱਕੀ ਹੋਣੀ ਹੈ, ਨਾਲੀਆਂ ਵਗੈਰਾ ਦੀ ਸਫਾਈ ਦੀ ਪ੍ਰੋਬਲਮ ਆ ਰਹੀ ਹੈ, ਅਤੇ ਇੱਕ ਉਹ ਵੀ ਹੈ। ਅਤੇ ਅਸੀਂ ਦੋਨੋਂ ਮੁੱਦੇ 'ਤੇ ਜਾਣਨ ਲਈ ਆਏਗੇ ਅਤੇ ਅਸੀਂ ਇਸ 'ਤੇ ਕੰਮ ਕਰਾਂਗੇ। ਰੈਗੂਲਰ ਲੱਗਦੇ ਰਹਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਜੈਸੇ ਚਾਰ ਪੰਜ ਇੱਕ ਵਾਰੀ ਮੈਂ ਚਾਰ ਪੰਜ ਪਿੰਡ ਕਵਰ ਕਰ ਲਈ, ਆਲੇ ਦੁਆਲੇ ਦੇ ਤਿੰਨ ਚਾਰ ਪਿੰਡ ਅਤੇ ਇੱਕ ਪਿੰਡ, ਅਤੇ ਇਸ ਹਿਸਾਬ ਸੇ ਅਸੀਂ ਇੱਕ ਵਾਰ ਸਾਰੇ ਫਰੀਦਕੋਟ ਦੇ ਸਾਰੇ ਪਿੰਡਾਂ ਨੂੰ ਇੱਕ ਵਾਰ ਅਸੀਂ ਤਿੰਨ ਚਾਰ ਮਹੀਨੇ ਦੇ ਅੰਦਰ ਅੰਦਰ ਕਵਰ ਕਰ ਲਾਂਗੇ। ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਸਰਕਾਰ ਹੈ, ਮੁੱਖ ਮੰਤਰੀ ਸਾਹਿਬ ਦੀ ਇੱਛਾ ਹੈ ਕਿ ਹਰ ਬੰਦੇ ਨੂੰ ਇਨਸਾਫ ਮਿਲੇ, ਹਰ ਬੰਦੇ ਨੂੰ ਇਨਸਾਫ ਮਿਲੇ, ਅਤੇ ਉਹਦਾ ਜਿਹੜੇ ਬੰਦੇ ਤਾਂ ਦਫ਼ਤਰਾਂ 'ਚ ਆ ਸਕਦੇ, ਬਹੁਤ ਸਾਰੇ ਸਾਡੇ ਲੋਕ ਗਰੀਬ ਆ ਜਾਂ ਅਨਪੜ੍ਹ ਹੈ, ਜਿਹੜੇ ਸ਼ਹਿਰ ਦੇ ਵਿੱਚ ਜਾ ਕੇ ਕੰਮ ਨਹੀਂ ਕਰਾ ਸਕਦੇ, ਦਫ਼ਤਰ ਲੱਭਣੇ ਮੁਸ਼ਕਲ ਹੈ, ਤਾਂ ਉਹਨਾਂ ਦੇ ਲਈ ਸਰਕਾਰ ਤੁਹਾਡੇ ਦੁਆਰ ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਸਰਕਾਰ ਨੇ, ਜਦੋਂ ਦੀ ਸਰਕਾਰ ਬਣੀ ਹੈ, ਤਾਂ ਹੁਣ ਫਿਰ ਉਸੇ ਗਤੀ ਦੇ ਤਹਿਤ ਦੁਆਰਾ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਅਸੀਂ ਪ੍ਰੋਗਰਾਮ ਰੱਖ ਰਹੇ ਹਾਂ। ਤੋ ਅੱਜ ਇੱਥੇ ਘਗਿਆਣਾ ਪਿੰਡ ਦੇ ਵਿੱਚ ਆਏ ਹਾਂ,
ਪਿੰਡ ਵੀ ਵੱਡਾ ਆਸੇ ਪਾਸੇ ਦੇ ਪਿੰਡ ਵੀ ਜਿਹੜੇ ਹੈਗੇ ਉੱਥੇ ਆਏ ਆ, ਜਿੰਨੇ ਵੀ ਕਿਸੇ ਦੇ ਕੋਈ ਕੰਮ ਹੈ ਕੋਈ ਜਿਹੜੇ ਕਿਤੇ ਨਹੀਂ ਹੁੰਦੇ ਉਹ ਇੱਥੇ ਕੰਮ ਬੈਠ ਕੇ ਕਰ ਰਹੇ, ਸਾਰੇ ਜਿਹੜੇ ਅਫਸਰ ਸਾਹਿਬਾਨ ਨਾਲ ਹੈ ਉਹ ਨਾਲ ਦੀ ਨਾਲ ਜਿਹੜੇ ਕੰਮ ਆ ਉਹ ਹੋ ਜਾਣਗੇ। ਸੋ ਇਹ ਜਿਹੜਾ ਇੱਕ ਬਹੁਤ ਵੱਡੀ ਰਾਹਤ ਹੈ ਆਮ ਬੰਦੇ ਨੂੰ, ਜਿਹੜਾ ਬੰਦਾ ਇੱਥੋਂ ਸਮਾਂ ਕੱਢ ਕੇ ਸ਼ਹਿਰ ਨਹੀਂ ਜਾ ਸਕਦਾ, ਕਿਉਂਕਿ ਬਹੁਤੇ ਬੰਦੇ ਸਾਡੇ ਮਜ਼ਦੂਰ ਹੈ, ਉਹ ਸਵੇਰੇ ਕਮਾਉਂਦੇ ਆ ਸ਼ਾਮ ਨੂੰ ਖਾਂਦੇ ਆ, ਉਹ ਆਪਦਾ ਕੰਮ ਵੀ ਨਹੀਂ ਛੱਡ ਸਕਦੇ ਕੰਮ ਕਰਵਾਉਣ ਵਾਸਤੇ। ਸੋ ਇਸ ਵਾਸਤੇ ਇਹ ਇੱਕ ਰਾਹਤ ਹੈ ਤਾਂ ਕਿ ਆਪਦਾ ਲੋਕ ਕੰਮ ਕਰਾ ਸਕਣ। ਦੇਖੋ ਅਸਲ ਦੇ ਵਿੱਚ ਤਾਂ ਮਨੁੱਖ ਦਾ ਫਰਜ਼ ਕੀ ਹੈ, ਅਸੀਂ ਜਿੰਨਾ ਚਿਰ ਇਹ ਨਹੀਂ ਸਮਝਦੇ ਵੀ ਮੈਂ ਮਨੁੱਖ ਹੈ ਅਤੇ ਮੇਰਾ ਸਮਾਜ ਪ੍ਰਤੀ ਫਰਜ਼ ਕੀ ਹੈ, ਇਹ ਤਾਂ ਸਾਨੂੰ ਆਪ ਨੂੰ ਹੀ ਦਰਖਤ ਲਾਉਣੇ ਚਾਹੀਦੇ ਆ। ਜੇ ਹੁਣ ਸਾਨੂੰ 47 ਡਿਗਰੀ 50 ਡਿਗਰੀ 'ਤੇ ਜਾ ਕੇ ਸਾਨੂੰ ਸਮਝ ਨਹੀਂ ਆਈ ਅਤੇ ਫਿਰ ਜਦੋਂ ਸਾਡੇ ਸਰੀਰ ਦਾ ਮਾਸ ਢਲਣ ਲੱਗ ਗਿਆ ਫਿਰ ਉਦੋਂ ਸਾਨੂੰ ਸਮਝ ਆਊਗੀ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਨਾਰਾ ਵੀ ਹਰ ਮਨੁੱਖ ਲਾਵੇ ਇੱਕ ਰੁੱਖ, ਅਸੀਂ ਇੱਕ ਰੁੱਖ ਲਾਉਣ ਦੀ ਬਜਾਏ ਹਰ ਸਾਲ ਲੱਖਾਂ ਰੁੱਖ ਪੱਟ ਰਹੇ ਹਾਂ, ਤਾਂ ਸਾਡਾ ਹਰ ਇੱਕ ਬੰਦੇ ਦਾ ਫਰਜ਼ ਬਣਦਾ, ਇਕੱਲਾ ਸੜਕਾਂ ਦੇ ਨਾਲ ਹੀ ਨਹੀਂ ਸਾਡੇ ਖੇਤ ਦੇ ਵਿੱਚ ਜਿੰਨਾ ਵੀ ਹੈਗਾ, ਅਸੀਂ 5-5, 10-10 ਮਰਲਿਆਂ ਦੇ ਵਿੱਚ ਕੋਈ ਜਿਹੜੇ ਰੱਖ ਲਈਏ ਜਿੱਥੇ ਕਿ ਜੀਵ ਜੰਤੂ ਵੀ ਰਹਿ ਸਕਣ, ਜਿਹੜੇ ਸਾਡੇ ਮਿੱਤਰ ਕੀੜੇ ਆ ਉਹ ਮਿੱਤਰ ਕੀੜੇ ਵੀ ਅਸੀਂ ਖਤਮ ਕਰ ਲਏ, ਇਕੱਲਾ ਇਹ ਨਹੀਂ ਦਰਖਤ ਹੀ ਖਤਮ ਕੀਤੇ। ਸੋ ਇਸ ਵਾਸਤੇ ਸਾਨੂੰ ਸਮਾਜ ਪ੍ਰਤੀ ਸੁਚੇਤ ਹੋਣਾ ਪਊ ਔਰ ਆਪਦਾ ਲਾਲਚ ਤਿਆਗ ਕੇ ਸਮਾਜ ਦੇ ਬਾਰੇ ਸੋਚਣਾ ਪਊ, ਚਾਹੇ ਉਹ ਪਰਾਲੀ ਨੂੰ ਅੱਗ ਲਾਉਣ ਦੀ ਗੱਲ ਹੈ, ਚਾਹੇ ਕਣਕ ਦੇ, ਇਸ ਵਾਰ ਤੁਸੀਂ ਸਾਰੀਆਂ ਸੜਕਾਂ 'ਤੇ ਜਾ ਕੇ ਦੇਖ ਲਓ ਕਣਕਾਂ ਨੂੰ ਇੰਨੀ ਅੱਗ ਲੱਗੀ ਹੈ, ਬਹੁਤ ਸਾਰੇ ਥਾਈਂ ਤਾਂ ਲੋਕਾਂ ਦੇ ਘਰ ਵੀ ਮਰ ਚੁੱਕੇ ਇਹਦੇ ਨਾਲ। ਸੋ ਸਾਨੂੰ ਜਿਹੜਾ ਹੈ ਉਸ ਨੁਕਸਾਨ ਤੋਂ ਬਚਣ ਲਈ ਚਾਹੀਦਾ ਕਿ ਅਸੀਂ ਮਨੁੱਖ ਬਣ ਕੇ ਮਨੁੱਖਾਂ ਬਾਰੇ ਸੋਚੀਏ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਹੁਣ ਤੁਸੀਂ ਫਾਸਟ ਨਿਊਜ਼ ਪੰਜਾਬ ਦੀ ਐਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ। ਧੰਨਵਾਦ।